ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡੇ ਸਾਰਿਆਂ ਦਾ ਮੇਰੇ ਅਫੀਸ਼ੀਅਲ YouTube ਚੈਨਲ ਦੀਪ ਜੋਬ ਪੋਰਟਲ ਤੇ ਜੀ ਤੇ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜਿਹੜੀਆਂ ਦਫ਼ਤਰ ਜ਼ਿਲਾ ਪ੍ਰੋਗਰਾਮ ਅਫਸਰ ਬਰਨਾਲਾ ਵਿਖੇ ਪੋਸਟਾਂ ਆਊਟ ਹੋਈਆਂ ਨੇ ਜੀ ਤੇ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦਾ ਜਿਹੜਾ ਬਰਨਾਲਾ ਵਿਖੇ ਆ ਦੋਸਤੋ ਇਹਦੇ ਵਿੱਚ ਅੱਜ ਭਰਤੀ ਸੰਬੰਧੀ ਇਸ਼ਤਿਹਾਰ ਜਾਰੀ ਕੀਤਾ ਗਿਆ ਅੱਜ ਦੇ ਅਖਬਾਰ ਵਿੱਚ ਤੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕੀ ਜਿਹੜਾ ਇਹਨਾਂ ਨੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਇਹਦੇ ਵਿੱਚ ਕੀ ਕੁਝ ਦਿੱਤਾ ਗਿਆ ਇਹਨਾਂ ਵੱਲੋਂ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਤਾਂ ਜਿਹੜੀ ਵੈਕੈਂਸੀ ਆਊਟ ਹੋਈ ਹੈ ਜੀ ਕੇਸ ਵਰਕਰ ਦੀ ਇਹਦੇ ਵਿੱਚ ਦੋਸਤੋ ਇੱਕ ਵੈਕੈਂਸੀ ਹੈ ਐਸਸੀ ਕੈਟਾਗਰੀ ਲਈ ਇਹਦੇ ਵਿੱਚ ਸਿਰਫ ਮਹਿਲਾਵਾਂ ਜਿਹੜੀਆਂ ਨੇ ਉਹ ਭਰ ਸਕਦੀਆਂ ਨੇ ਤੇ ਦੂਜੀ ਵੈਕੈਂਸੀ ਹੈ ਜਿਹੜੀ ਆਈਟੀ ਸਟਾਫ ਦੇ ਵਿੱਚ ਦੋਸਤੋ ਇੱਕ ਜਰਨਲ ਦੀ ਪੋਸਟ ਹੈ ਤੇ ਇੱਕ ਐਸਸੀ ਦੀ ਪੋਸਟ ਹੈ ਇਹਦੇ ਵਿੱਚ ਮਹਿਲਾਵਾਂ ਤੇ ਪੁਰਸ਼ ਜਿਹੜੇ ਨੇ ਦੋਨੋਂ ਅਪਲਾਈ ਕਰ ਸਕਦੇ ਨੇ ਤੇ ਉਸ ਤੋਂ ਬਾਅਦ ਮਲਟੀ ਪਰਪਸ ਹੈਲਪਰ ਦੀ ਇਦੇ ਵਿੱਚ ਇੱਕ ਵੈਕੈਂਸੀ 80 ਕੈਟਾਗਰੀ ਲਈ ਇਹਦੇ ਵਿੱਚ ਸਿਰਫ ਮਹਿਲਾਵਾਂ ਜਿਹੜੀਆਂ ਨੇ ਉਹ ਅਪਲਾਈ ਕਰ ਸਕਦੀਆਂ ਨੇ ਤੇ ਪਿਆਰੇ ਦੋਸਤੋ ਤੁਹਾਨੂੰ ਦੱਸਦੀ ਕਿ ਜਿਹੜੀਆਂ ਇਹ ਵੈਕੈਂਸੀਆਂ ਨੇ ਤੇ ਇਹ ਇਸ ਤੋਂ ਪਹਿਲਾਂ ਵੀ ਵੱਖ-ਵੱਖ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਅਪਲਾਈ ਕਰਵਾਈਆਂ ਗਈਆਂ ਸੀਗੀਆਂ ਤੇ ਜਿਨ੍ਹਾਂ ਉਮੀਦਵਾਰਾਂ ਨੇ ਪਹਿਲਾਂ ਅਪਲਾਈ ਕੀਤਾ ਸੀ ਉਹਨਾਂ ਨੂੰ ਦੁਬਾਰੇ ਅਪਲਾਈ ਕਰਨਾ ਪਊਗਾ ਤੇ ਦੋਸਤੋ ਇਹ ਜਿਹੜਾ ਇਹਨਾਂ ਨੂੰ ਅਪਲਾਈ ਕਰਨ ਦਾ ਢੰਗ ਹੈ ਉਹ ਆਫਲਾਈਨ ਆ ਜੀ ਤੁਸੀਂ 10 ਜੂਨ ਤੱਕ 10 ਜੂਨ ਸ਼ਾਮ ਦੇ 5 ਵਜੇ ਤੱਕ ਰਜਿਸਟਰਡ ਡਾਕ ਰਾਹੀਂ ਤੁਸੀਂ ਜਿਹੜਾ ਉਹ ਭਰ ਸਕਦੇ ਹੋ ਠੀਕ ਹੈ ਜੀ ਇਨਾਂ ਦਾ ਜਿਹੜਾ ਐਡਰੈਸ ਆ ਤੁਸੀਂ ਤੁਸੀਂ ਦੇਖ ਸਕਦੇ ਹੋ ਜ਼ਿਲ੍ਹਾ ਪ੍ਰੋਗਰਾਮ ਅਫਸਰ ਬਰਨਾਲਾ ਪਤਾ ਸਾਹਮਣੇ ਰੈੱਡ ਕਰਾਸ ਭਵਨ ਤਹਿਸੀਲ ਕੰਪਲੈਕਸ ਬਰਨਾਲਾ ਠੀਕ ਹੈ ਜੀ ਆ ਪਿੰਨ ਕੋਡ ਇੱਥੇ ਦਾ ਤੇ ਤੁਸੀਂ ਜਿਹੜਾ ਆਪਣਾ ਜਿ ਇਨਵੈਲਪ ਹੋਊਗਾ ਉਹਦੇ ਉੱਪਰ ਇਹਨਾਂ ਦਾ ਪਤਾ ਲਿਖਣਾ ਤੇ ਇਹਨਾਂ ਨੂੰ ਤੁਸੀਂ ਜਾਂ ਤਾਂ ਸਪੀਡ ਪੋਸਟ ਜਾਂ ਫਿਰ ਰਜਿਸਟਰਡ ਡਾਕ ਰਾਹੀਂ ਤੁਸੀਂ ਇਹਨਾਂ ਨੂੰ ਸੈਂਡ ਕਰ ਸਕਦੇ ਹੋ ਤੇ ਦੋਸਤੋ ਬਾਕੀ ਇਹਦੀ ਡਿਟੇਲ ਇਹਦੇ ਵਿੱਚ ਕੀ ਕੁਝ ਮੰਗਿਆ ਇਹਨਾਂ ਨੇ ਸਾਰਾ ਪਰਫਾਰਮਾ ਵਿਦਿਅਕ ਯੋਗਤਾ ਤਜਰਬਾ ਸਾਰਾ ਕੁਝ ਇਹਨਾਂ ਦੀ ਜਿਹੜੀ ਵੈਬਸਾਈਟ www.barnala.gov.in ਤੇ ਜਿਹੜਾ ਉਪਲਬਧ ਹੈ ਤੁਸੀਂ ਉੱਥੋਂ ਦੇਖ ਸਕਦੇ ਹੋ ਅਗਰ ਤੁਹਾਨੂੰ ਨਹੀਂ ਫਾਰਮ ਜਿਹੜਾ ਇਹਦਾ ਮਿਲਦਾ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਸਾਡੇ ਤੋਂ ਫਾਰਮ ਜਿਹੜਾ ਉਹ ਲੈ ਸਕਦੇ ਹੋ ਠੀਕ ਹੈ ਜੀ ਤੇ ਦੇਖ ਸਕਦੇ ਹੋ ਦੋਸਤੋ ਜਿਹੜੀਆਂ ਇਹ ਭਰਤੀਆਂ ਨੇ ਇਹ ਠੇਕੇ ਦੇ ਆਧਾਰ ਤੇ ਭਰਤੀ ਕੀਤੀ ਜਾਣਗੇ ਤੇ ਬਾਕੀ ਦੋਸਤੋ ਤੁਸੀਂ ਇਹਨਾਂ ਦੀ ਡਿਟੇਲ ਵਿਦਿਅਕ ਯੋਗਤਾ ਤਜਰਬਾ ਸਾਰਾ ਕੁਝ ਇਹਨਾਂ ਦੀ ਵੈਬਸਾਈਟ ਦੇ ਉੱਪਰ ਜਾ ਕੇ ਚੈੱਕ ਕਰ ਸਕਦੇ ਹੋ ਡਾਊਨਲੋਡ ਕਰ ਸਕਦੇ ਹੋ ਤੇ ਜਿਹੜਾ ਇਹਨਾਂ ਦਾ ਫਾਰਮ ਹੋਊਗਾ ਉਹ ਵੀ ਤੁਸੀਂ ਉੱਥੋਂ ਡਾਊਨਲੋਡ ਕਰ ਸਕਦੇ ਹੋ ਅਗਰ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਸਾਨੂੰ ਪਰਸਨਲੀ ਮੈਸੇਜ ਕਰਕੇ ਵੀ ਤੁਸੀਂ ਪੁੱਛ ਸਕਦੇ ਹੋ ਤੇ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਾਂਗੇ ਆਪਾਂ ਕੱਲ ਨੂੰ ਇੱਕ ਨਵਾਂ ਅਪਡੇਟ ਲੈ ਕੇ ਤਦ ਤੱਕ ਲਈ ਮੈਂ ਨੂੰ ਦੋਵਜਸਤ ਧੰਨਵਾਦ